जिन्हू पहला आ गई ओने बजर ते हाथ मारना है ठीक है ओनू पहला बोलने का मौका दिता जाएगा ठीक है तैयार हो तैयार है बच्चा एक ना जांदा स्कूल ना कोई पढ़े किताब जद करता है हिसाब कला कला दिंदा सही जवाब दोबारा रिपीट ठीक बच्चा एक ना जांदा स्कूल ना कोई पढ़े किताब अच्छा जद करता है हिसाब कला कला दिंदा सही जवाब कैलकुलेटर कैलकुलेटर मेरा बनदा वे आ देख बा बा आ गई यार रूल की है रूल रूल इज रूल अगली बजारत हेठा काठ ऊपर काठ हेठा काठ काठ ऊपर काठ विच बैठा जगन्नाथ यार सुनी हां ये तो बहुत मतलब फेमस है या ये ऊपर काठ हेठा काठ विच बैठा जगन्नाथ मंडे हो गए हिंट वगैरह खंब नहीं पर उड़ता है ना हड्डिया ना मास बंदे चुक के उड़ जाता है हवाई जहाज अच्छा वो भी नपड़ा है सेक मैन वो केड़ा फल है जेड़ा खाता नहीं जा सकता सब तो पहला मैं जमया फिर मेरा भाई खिच तू के बापू जमया पिछो साडी माई सुनी होनी है दुध मक्खन दही अच्छा ने दूध दही मक्खन घ्यो केसा पॉइंट नेगा अगे रुक जा दोबारा बोली सब तो पहला मैं जमया फिर मेरा भाई खिच तो के बापू जमया पिछो साडी माई अच्छा पहला फिर दही जमया होना किसे नु नहीं आंदा भी सही आंसर है दूध दही मक्खन लस्सी थाल भरया मोतियां दा सब दे सिर ते उल्टा धरया हनेरी चले पानी चले मोती फिर ना डिगन थल्ले दंद हर चीज मूहे थोड़ी है हनेरी तो चलती है हवा निकलती है पानी भी चलता मतलब कि मोती वाली चीज है अच्छा ऊपर है पर फिर भी डिगदी नहीं सोच लो चल चाहिए मैं बहुत बड़ी हिंट देती है ए! तारे बदल तारे मैं कह रही चल तू मैं आया तू चलो मैं आया यार दरवाजा बाल बंद बोले ना बुलावे बिन पौड़ी आसमानी चढ़ जावे बोले ना बुलावे बिन पौड़ी आसमाने चढ़ जावे तू कागज दी चीजा भी दस दिने क्या दी कागज दी चीजा भी दस दिने बजर तो बिना आंसर नहीं देना अच्छा बोले ना बुलावे आसमाने फिर चढ़ जावे पतंग 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 ये तो मेरा लाल गऊ लक्कड़ खावे पानी पीवे मर जावे
लाल गऊ लक्कड़ खावे पानी पीवे ते मर जावे सेंक ना सेंक तां सेंक की हुंदा पर लक्कड़ खा के मरदी थोड़ी नहीं पानी ना ओ यार बुझारत इन्नी छेती में दबो वीर जी सोच लो लाल गऊ लक्कड़ खावे लक्कड़ खांदी है ते पानी ना बुझ जावे एक चीज मैं ऐसी देखी मिलदी नहीं उधारी जिस दे पले ए चीज है ओ करदा सरदारी ओ चीज जेड़ी उधारी नहीं मिलदी ਜਿਹਦੇ ਕੋਲ ਹੈ ਉਹਦੀ ਸਰਦਾਰੀ ਅਕਲ ਇੱਜ਼ਤ ਸਰਪੰਚੀ ਤੇ ਗੱਲ ਤੋਂ ਵਿਦਿਆ ਓ ਅਕਲ ਹੀ ਅਕਲ ਨਾਲ ਵਿਦਿਆ ਆਂਦੀ ਹੈ ਵਿਦਿਆ ਵਿਚਾਰੀ ਦਾ ਪਰਉਪਕਾਰੀ ਆ ਅਗਲੀ ਆਈ ਲਾਈਕ ਇਟ ਬਹੁਤ ਸਿੰਪਲ ਹੈ ਆਣੀ ਚਾਹੀਦੀ ਹੈ ਮੈਨੂੰ ਲੱਗਦਾ ਤੈਨੂੰ ਹੀ ਆਈ ਨਹੀਂ ਵਿੱਕੀ ਬਸਰ ਭੰਨ ਦੇਣਾ ਚੱਲ ਵੀ ਚੀਟਿੰਗ ਕਰਦਾ ਓਏ ਆ ਤੇਰਾ ਤੇੜਾ ਅੰਦਰ ਪਿਆ ਲਾਈਨ ਕਰ ਨਿੱਕੀ ਦੀ ਕੁੜੀ ਉਹਦੇ ਢਿੱਡ 'ਚ ਲਕੀਰ ਹੈ ਨਿੱਕੀ ਦੀ ਕੁੜੀ ਉਹਦੇ ਢਿੱਡ 'ਚ ਲਕੀਰ ਨਿੱਕੀ ਦੀ ਕੁੜੀ ਉਹਦੇ ਢਿੱਡ 'ਚ ਲਕੀਰ ਕਣਕ ਦਾ ਦਾਣਾ ਯਾਰ ਡਾਈਵ ਇਹ ਤਾਂ ਵਿੱਕੀ ਦੀ ਹੈ ਵੀਡੀਓ ਅਸੀਂ ਤਾਂ ਦਰਸ਼ਕ ਆ ਇਹ ਤੈਨੂੰ ਆਣੀ ਚਾਹੀਦੀ ਹੈ ਔਰ ਨਿੱਕੀ ਜੀ ਕੁੜੀ ਕੋਈ ਲੈਪਰਾਂ ਦਾ ਤੁਰੀ ਵੀ ਕਹਿ ਦੇ ਆਏਗੀ ਤੂੰ ਤਾਂ ਵੀ ਨਹੀਂ ਯਾਦ ਚੱਲ ਨਿੱਕੀ ਜੀ ਕੁੜੀ ਲੈਪਰਾਂ ਦਾ ਤੁਰੀ ਸੋਈ ਤਾਗਾ ਇਜ਼ੀ ਵੀਜ਼ੀ ਯਾਦ ਆ ਚੱਲ ਨਾ ਉਹਦੇ ਹੱਥ ਨਾ ਉਹਦੇ ਪੈਰ ਫਿਰ ਵੀ ਕਰਦਾ ਥਾਂ ਥਾਂ ਸੈਰ ਨਾ ਉਹਦੇ ਹੱਥ ਹੈ ਨਾ ਉਹਦੇ ਪੈਰ ਹੈ ਫਿਰ ਵੀ ਥਾਂ ਥਾਂ ਕਰਦਾ ਸੈਰ ਘਰ ਕੀ ਕਰਦਾ ਸੈਰ ਕਿ ਬਾਹਰ ਵੀ ਕਰਦਾ ਮੈਂ ਕਿਹਾ ਪੂਰੀ ਦੁਨੀਆ ਦੀ ਉਹਦੀ ਸੈਰ ਹੈ ਪਾਣੀ ਫਿਰ ਵੀ ਕਰਦਾ ਥਾਂ ਥਾਂ ਸੈਰ ਸੁਣੀ ਆ ਮੈਂ ਨਾ ਉਹਦੇ ਹੱਥ ਨਾ ਉਹਦੇ ਪੈਰ ਫਿਰ ਵੀ ਕਰਦਾ ਥਾਂ ਥਾਂ ਸੈਰ ਸੱਪ ਸੱਪ ਦੇ ਕਿਹੜੇ ਹੱਥ ਪੈਰ ਪੁਆਇੰਟ ਪੁਆਇੰਟ ਯਾਰ ਸੱਪ ਦੇ ਕਿਹੜੇ ਹੱਥ ਪੈਰ ਹੁੰਦੇ ਮੇਰੀ ਗੱਲ ਸੁਣ ਬੁਝਾਰਤ ਦਾ ਮਤਲਬ ਬਹੁਤ ਮਾਇਆ ਦੇ ਰਿਲੇਟਡ ਚੀਜ਼ਾਂ ਹੁੰਦੀਆਂ ਨੇ ਅੱਛਾ ਹਾਂ ਬੁਝਾਰਤ ਦਾ ਬਹੁਤ ਇਹ ਕੋਈ ਐਲੀਮੈਂਟ ਹੈ ਕੋਈ ਇਹ ਬੁਝਾਰਤ ਵੀ ਤੁਹਾਨੂੰ ਹਿੰਟ ਵੀ ਦੇਤੀ ਹੈ ਪੈਸਾ ਪੈਸਾ ਓ ਆ ਵੀ ਦਬਣਾ ਹੀ ਪੈ ਅੱਗੇ ਉਹ ਨੀਵਾ ਪਿੱਛੇ ਉੱਚਾ ਘਰ ਘਰ ਫੇਰੇ ਹਰਾਮੀ ਰੱਚਾ ਅੱਗੇ ਉਹ ਨੀਵਾ ਪਿੱਛੇ ਉੱਚਾ ਇਹਦੀ ਹਿੰਟ ਦੇ ਦਿੰਦਾ ਜੇ ਤੁਹਾਨੂੰ ਔਖਾ ਲੱਗਦਾ ਹੈ ਦੇ ਦੇ ਯਾਰ ਇਹ ਕਣਕ ਦੇ ਟਾਈਮ 'ਚ ਬਹੁਤ ਕੰਮ ਆਉਂਦੀ ਸੀ ਅੱਗਿਓ ਨੀਵਾ ਪਿੱਛੋ ਉੱਚਾ ਛੱਜ ਮੈਂ ਕਹਿਣ ਹੀ ਲੱਗਾ ਸੀ ਛੱਜ ਮੇਰੇ ਦਿਮਾਗ ਉਹ ਗਈ ਉਹ ਗਈ ਯਾਰ ਰੋਸ਼ਨੀ ਨਜ਼ਰ ਨਜ਼ਰ ਰੋਸ਼ਨੀ ਨਜ਼ਰ ਨਜ਼ਰ ਕਿ ਨਿਗਾਹ ਉਹ ਗਈ ਉਹ ਗਈ ਬਸ ਸੋਨੇ ਦੀ ਸਲਾਈ ਕੋਠੇ ਟੱਪ ਕੇ ਵੇੜੇ ਆਈ ਤੂੰ ਐਡਾ ਡੱਲ ਯਾਰ ਓ ਸੂਰਜ ਸੂਰਜ ਜਿਹਦੀ ਕਿਰਨ ਕਿਰਨ ਧੁੱਪ ਮੈਂ ਕੁਛ ਹੋਰ ਕਹਿਣ ਲੱਗਾ ਸੀ ਸੋਰੀ ਮੈਂ ਕਹਿਣਾ ਹੁਣ ਕਾਲਾ ਹੈ ਕਾਲਾ ਬਲੈਕ ਹੈ ਪਰ ਕਾਗ ਨਹੀਂ ਲੰਮਾ ਹੈ ਪਰ ਨਾਗ ਨਹੀਂ ਜਨਾਨੀਆਂ ਦੇ ਪਾਗਾ ਮੰਦਾ ਪਰਾਂਦਾ ਪਰਾਂਦਾ ਓ ਤੂੰ ਇਹਦਾ ਕਿਉਂ ਬੋਲ ਦੇਣਾ ਯਾਰ ਤੂੰ ਲੇਟ ਆ ਚਲੋ ਵੀ ਆ ਵੀ ਤੁਹਾਨੂੰ ਸੁਣੀ ਹੋਣੀ ਹੈ ਨਿੱਕਾ ਜਿਹਾ ਕਾਕਾ ਘਰ ਦਾ ਰਾਖਾ ਤਾਲਾ ਓ ਯਾਰਾ ਨੱਪਣਾ ਓ ਯਾਰ ਉਹੀ ਤਾਂ ਚੱਕਰ ਯਾਰ ਇਦਾਂ ਦਾ ਮੈਂ ਵੀ ਬੋਲ ਦੇਣਾ ਓਹੋ ਸੋਰੀ ਸੋਰੀ ਜਿੱਦਰਾ ਜਿੱਥੇ ਜਾਵਾਂ ਉੱਥੇ ਹੀ ਭੱਜੇ ਮੈਂ ਪਿੱਛੇ ਪਿੱਛੇ ਉਹ ਅੱਗੇ ਅੱਗੇ ਜਿੱਥੇ ਜਾਵਾਂ ਉੱਥੇ ਭੱਜੇ ਪਰਛਾਵਾਂ ਨਹੀਂ ਝਾੜੂ ਨਹੀਂ ਕਿਹੜੀ ਚੀਜ਼ ਹੋ ਸਕਦੀ ਹੈ ਕੋਈ ਹਿੰਟ ਨਹੀਂ ਰਹਿੰਦੀ ਉਹਦੀ ਚੀਜ਼ ਹੈ ਕੋਈ ਉੱਥੇ ਜਿੱਥੇ ਜਾਵਾਂ ਰੋਸ਼ਨੀ ਅੱਧਾ ਸਹੀ ਹੈ ਤੇਰਾ ਜੁਗਨੂ ਉਹ ਨਹੀਂ ਲੈਟ 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 ਲਾਈਟ ਕੀ ਫਰਕ ਹੋ ਗਿਆ ਇੱਕ ਹਰਨੀ ਪੱਠੇ ਚਰਨੀ ਗੋਹਾ ਨਾ ਕਰਨੀ ਇੱਕ ਹਰਨੀ ਟੋਕਾ ਕਾਇੰਡ ਆਫ
ਦਾਤੀ ਡੋਕਾ ਹਾਂ ਤੇ ਦਾਤੀ ਓ ਵੀ ਬੈਂਗਿੰਗ ਨਾਓ ਇਹ ਟੰਗਾ ਫੜ ਮਣੀਆਂ ਦੀਆਂ ਆ ਹੁਣ ਮੈਂ ਸੋ ਗਿਆ ਤਾਂ ਇੱਕ ਵੀ ਰੋਕ ਲੈ ਮਤਲਬ ਆ ਦੇ ਨਾ ਕਿੰਗੀ ਵਾਲੀ ਨੂੰ ਆ ਦੇ ਢਿੱਡ ਵਿੱਚ ਕੱਢੀ ਵੱਖੀ ਵਿੱਚ ਮਾਰੀ ਲਾ ਕੇ ਅੱਗ ਸਾੜ ਦਿੱਤੀ ਸਾਰੀ ਨਿੱਕਾ ਜਿਹਾ ਸਿਪਾਹੀ ਉਸਦੇ ਖਿੱਚ ਕੇ ਵਰਦੀ ਲਾਈ ਟਾਈਮ ਸਟਾਰਟ ਹੁੰਦਾ ਹੁਣ ਸੋਚੋ ਫਿਰ ਬਦਲ ਦੋ ਠੀਕ ਹੈ ਇਹ ਬੜੀ ਪ੍ਰਾਚੀਨ ਚੱਲੀ ਹੈ ਨਿੱਕਾ ਜਿਹਾ ਸਿਪਾਹੀ ਖਿੱਚ ਕੇ ਵਰਦੀ ਲਾਈ ਮੂੰਹ ਬੰਦ ਢਿੱਡ ਵਿੱਚ ਦੰਦ ਸੋਚੋ ਮੂੰਹ ਬੰਦ ਢਿੱਡ ਚ ਦੰਦ ਫਰੂਟ ਹੈ ਅਭੀ ਤੈਨੂੰ ਹਿੰਟ ਦੇ ਦਿੱਤੀ ਅਨਾਰ ਉਹ ਬੜੀ ਹਿੰਦੀ ਆਇਆ ਅਗਲੀ ਸੁੱਕਾ ਢਿੰਗਰ ਆਂਡੇ ਦੇਵੇ ਜੇ ਤੁਹਾਨੂੰ ਇਹ ਬਹੁਤ ਔਖੀ ਤੈਨੂੰ ਹਿੰਟ ਚਾਹੀਦੀ ਮੈਂ ਦੇ ਦਾ ਹਿੰਟ ਤੇ ਹੀ ਦੇ ਫਿਰ ਮੈਂ ਇਹ ਦੇ ਹੁਣ ਕਹਿ ਮਾਂ ਕੌਣ ਹੀ ਸਾਡੇ ਦੇਸ਼ ਚ ਬੱਕਰੀ ਗਾਂਧੀ ਆਂਡੇ ਥੋੜੀ ਦਿੰਦੀ ਬੱਕਰੀ ਗਾਂਧੀ ਕਿਹੜਾ ਆਂਡੇ ਦਿੰਦਾ ਸਾਲ ਇਹ ਚਰਖਾ ਚਰਖਾ ਓ ਗਾਂਧੀ ਗਾਂਧੀ ਕਿਹੜਾ ਆਂਡੇ ਦਿੰਦਾ ਠੋਕ ਦੀ ਆ ਰੇ ਗਾਂਧੀ ਆ ਯਾਰ ਤੂੰ ਗਾਂਧੀ ਦੀ ਸੌਣ ਭਾਦੋਂ ਇੱਕ ਰੁੱਤ ਦੋ ਬੁੱਢੀਆਂ ਦੀ ਇੱਕ ਗੁੱਤ ਸੌਣ ਭਾਦੋਂ ਇੱਕ ਰੁੱਤ ਦੋ ਬੁੱਢੀਆਂ ਦੀ ਇੱਕ ਗੁੱਤ ਇਹ ਤਾਂ ਉਲਝਣ ਚ ਪਾਤਾ ਭਾਬੀ ਦਾ ਬਹੁਤ ਤਗੜਾ ਹਿੰਟ ਦੇ ਦਿੱਤਾ ਸੀ ਬਾਹਰੋਂ ਆਇਆ ਬਾਬਾ ਲੋਧੀ ਛੇ ਟੰਗਾ ਇੱਕ ਬੋਧੀ ਪਹਿਲੇ ਬਾਬੇ ਦੀ ਗੱਲ ਹੋ ਰਹੀ ਸਾਹਿਬ ਦੀ ਗੁਰੂ ਨਾਨਕ ਦੇਵ ਜੀ ਦੀ ਗੱਲ ਹੋ ਰਹੀ ਸੁਲਤਾਨਪੁਰ ਲੋਧੀ ਦੇ ਨਾਲ ਉਹ ਕੀਤਾ ਹੋਣਾ ਕੁਛ ਸੁਲਤਾਨਪੁਰ ਲੋਧੀ ਤਕੜੀ ਐ ਤਕੜੀ ਅੱਛਾ ਛੇ ਓ ਛੇ ਟੰਗਾ ਇਦਾਂ ਹੀ ਦੇਖ ਉਹਦੀ ਬੋਲੀ ਹੁੰਦੀ ਉੱਪਰ ਇੱਕ ਤਕੜੀ ਸੀ ਹਨਾ 13 13 ਤੋਂ ਦਾ ਇੱਕ ਡੱਬੇ ਵਿੱਚ 32 ਦਾਣੇ ਬੀਜੇ ਰੋੜ ਜੰਮੇ ਝਾੜ ਲੱਗੇ ਨਿੰਬੂ ਖਿੜੇ ਅਨਾਰ ਬੀਜੇ ਰੋੜ ਜੰਮੇ ਝਾੜ ਲੱਗੇ ਨਿੰਬੂ ਖਿੜੇ ਅਨਾਰ ਕਣਕ ਦੇ ਨੀ ਕਾਰ ਦੀ ਸੰਦੂਕੜੀ ਵਿੱਚ ਤੋਤਾ ਬੋਲੇ ਯਾਰ ਮੈਨੂੰ ਪਤਾ ਛਿੜ ਛਿੜ ਕਰਦੀ ਖਿੜ ਖਿੜ ਕਰਦੀ ਮਾਰ ਟਪੂਸੀ ਕੋਠੇ ਚੜਦੀ ਕੀ ਕਰਦੀ
ਕੋਠੇ ਚੜਦੀ ਨਹੀਂ ਚਿੜਚਿੜ ਕਰਦੀ ਖਿੜਖਿੜ ਕਰਦੀ ਮਾਰਟ ਬੂਸੀ ਕੋਠੇ ਚੜਦੀ ਮਾਮੇ ਦੀ ਕੁੜੀ ਛਿੜ ਛਿੜ ਕਰਦੀ ਖਿੜ ਖਿੜ ਕਰਦੀ ਮਾਰਟ ਬੂਸੀ ਕੋਠੇ ਚੜਦੀ ਬਦਲਣਾ ਦੱਬਿਓ ਜੇ ਨਹੀਂ ਆਉਂਦਾ ਗਲਤ ਆਨਸਰ ਨਹੀਂ ਦੇਣਾ ਹਿੰਟ ਚਾਹੀਏ ਤੇ ਮੈਨੂੰ ਦੱਸ ਦਿਓ ਮੈਂ ਦੇ ਦਾਂਗਾ ਪਾਣੀ ਤੇ ਨਹੀਂ ਕੋਈ ਹਿੰਟ ਦੇ ਦਾਂਗਾ ਮੈਂ ਕਿਹਾ ਦੁਬਾਰਾ ਬੋਲੀ ਇੱਕ ਵਾਰੀ ਯਾਰ ਖਿੜ ਖਿੜ ਕਰਦੀ ਦੇਖੀ ਛਿੜ ਛਿੜ ਕਰਦੀ ਖਿੜ ਖਿੜ ਕਰਦੀ ਮਾਰਟ ਬਦਲ ਮੀਂਹ ਕਿਉਂ ਮੀਂਹ ਕਿੱਥੇ ਮੀਂਹ ਕੋਠੇ ਮਾਰਟ ਪੂਸੀ ਕੋਠੇ ਤੇ ਡਿੱਗਦਾ ਛਿੜ ਛਿੜ ਚੜਦਾ ਥੋੜੀ ਆ ਚੜਦਾ ਬੱਦਲ ਚੜ ਕੇ ਹੀ ਆਉਂਦਾ ਯਾਰ ਕੀ ਕਾ ਤੂੰ ਕਾਟੋ ਉਹ ਤਾਂ ਕੱਟ ਦੋ ਯਾਰ ਕਾਟੋ ਕਾਟੋ ਅੱਛਾ ਕਾਟੋ ਮਾਮੇ ਦੀ ਕੁੜੀ ਵੀ ਸੀ ਯੇ 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 ਓਏ ਇਸ ਨਾਲ ਵੀਡੀਓ ਦੀ ਸਮਾਪਤੀ ਹੈ ਸਕੋਰ ਦਿਨੇ ਆ ਓ ਸਕੋਰ ਵਿਨਰ ਹੈ ਵਿਕੀ ਓ ਕਿੰਨੇ ਨਾ 12 ਪੁਆਇੰਟ ਊ गलत हो गया काम जा जित दे ਆਡੀਅੰਸ ਦੱਸ ਦੇਗੀ ਯਾਰ ਆਡੀਅੰਸ ਦੱਸ ਦੇਗੀ ਕੋਚ ਇਟ ਵਾਸ ਮੀ ਆਫ ਕੋਰਸ ਇਟ ਵਾਸ ਮੀ ਰਾਜਿੰਦਰ ਨਾਮ ਨੂੰ